ਮੁਸ਼ਕਲ ਹੈ ਬਿਲਕੁਲ ਬਿਲਕੁਲ 6 ਮਹੀਨੇ ਹੋ ਗਏ ਕੋਈ ਤਾਂ ਮੂੰਹ ਹੀ ਨਹੀਂ ਵੇਖਿਆ ਹਾਂਜੀ ਕਮਾ ਚਲੰਦੇ ਹੋ ਹਾਂਜੀ ਹਾਂਜੀ ਅੱਛਾ ਤੇ ਹੋਰ ਕੀ ਕੰਮ ਕਰਦੇ ਹੋ ਹੋਰ ਇਹੋ ਹੀ ਕਮਾਦਾ ਹਾਂ ਗੋੜ ਛੋੜ ਬਣਾਉਂਦੇ ਹੋ ਗੋੜ ਬਣਾਉਂਦੇ ਹਾਂ ਅੱਛਾ ਤੇ ਹੋਰ ਕੀ ਵਾਈ ਵੀ ਰੱਖੀ ਹੈ ਵਾਈ ਰੱਖੀ ਹੈ ਕਿੰਨੇ ਕਿਲੋ ਹੈ ਕੋ 5-7 ਕਿਲੋ ਤੇ ਕੋਈ ਡੰਗਰ ਡੁੰਗਰ ਆਪਣੇ ਹੈ ਕੋਈ ਨਹੀਂ ਅੱਛਾ ਤੇ ਹੋਰ ਕੋਈ ਜ਼ਮੀਨ ਜ਼ਮੂਨ ਕੋਈ ਸ਼ਾਇਦ ਅੱਛਾ ਠੀਕ ਤੇ ਚੱਲ ਦਿਹਾੜੀ ਦਿਹੜੀ ਦਿਹਾੜੀ ਤੇ ਜਾਂਦੇ ਆ ਮਤਲਬ ਕਿੰਨੀ ਕੋਈ ਦਿਹਾੜੀ ਬਣ ਜਾਂਦੀ ਹੈ ਆਏ ਉਹ 5-400 ਅੱਛਾ ਜਿੰਨਾ ਕੁ ਲੱਭਦਾ ਆਪਣੇ ਇੱਥੇ ਏਰੀਏ ਦੇ ਵਿੱਚ ਅੱਛਾ ਠੀਕ ਉਹ ਜਿਹੜੇ ਹਾਲਾਤ ਆ ਤੇ ਜਿਹੜੇ ਜਿੰਨਾ ਬੰਦਿਆਂ ਦੇ ਅੰਡਰ ਕੰਮ ਕਰਦੇ ਹੋ ਕਿਵੇਂ ਦਾਰੇ ਬੰਦੇ ਆ ਠੀਕ ਹੈ ਜਾਂ ਗੁੱਸੇ ਵਾਲੇ ਆ ਮਤਲਬ ਕਿ ਜਾਂ ਬਸ ਉਹ ਤੇ ਬੰਦਾ ਕੋ ਜਿੱਦਾਂ ਦਾ ਵੀ ਹੋਵੇ ਜੇ ਦੋਵੇਂ ਘਰ ਸਹੀ ਹੋਣ ਤੇ ਕੰਮ ਠੀਕ ਰਹਿੰਦਾ ਇਹ ਤਾਂ ਤੁਹਾਡੀ ਗੱਲ ਠੀਕ ਹੈ ਇੱਕ ਦੂਸਰੇ ਦੀ ਇੱਜ਼ਤ ਕਰਨੀ ਪੈਂਦੀ ਹੈ ਬਿਲਕੁਲ ਜਿਹੜੇ ਪੈਸੇ ਕਮਾ ਕੇ ਦੇ ਲੈਂਦੇ ਉਹ ਸਰਕਲ ਘਰ ਦਾ ਚੱਲ ਜਾਂਦਾ ਉਹ ਕਿੱਥੇ ਚੱਲਦਾ ਪਿਆ ਬਸ ਉਹ ਕਿਉਂਕਿ ਲੈ ਕੇ ਖਾ ਲਈਦੇ ਆ ਤੇ ਕਿਸੇ ਪਿੱਛੋਂ ਤੇ ਇੱਥੇ ਤੇ ਜਿਹੜਾ ਲਾਕਡਾਊਨ ਕੀਤਾ ਹਕੂਮਤ ਨੇ ਹਾਂ ਤੇ ਕੀ ਇਹਦੇ ਬਾਰੇ ਚੁਰਾਏ ਦੇਵੋਗੇ ਇਹ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਲਾਕਡਾਊਨ ਇਹ ਕਦ ਹੋਣਾ ਚਾਹੀਦਾ ਲਾਕਡਾਊਨ ਹੋ ਗਿਆ ਜੀ ਸ਼ਾਬਾਸ਼ੀ ਘਰ ਹੋ ਪਵੋ ਘਰ ਪਵੋ ਤੇ ਭੁੱਖ ਮਰੋ ਇਹ ਤਾਂ ਨਹੀਂ ਠੀਕ ਨਾ ਬਾਹਰ ਨਿਕਲੋ ਤੇ ਨਾ ਖਾਓ ਪੀਓ ਬਿਲਕੁਲ ਜਿਹੜਾ ਮਜ਼ਦੂਰ ਬੰਦਾ ਉਹਦੇ ਬਾਹਰ ਨਿਕਲੇਗਾ ਕੰਮ ਕਰੇਗਾ ਤੇ ਖਾਏਗਾ ਬਿਲਕੁਲ ਜੇ ਉਹ ਅੰਦਰ ਵੜ ਗਿਆ ਤੇ ਅੰਦਰੋਂ ਕਿੱਥੋਂ ਕੱਢੇਗਾ ਹਾਂਜੀ ਮਹਿੰਗਾਈ ਬਹੁਤ ਹੋਈ ਹੈ ਇਹਦੇ ਬਾਰੇ ਚ ਕੀ ਕਹੋਗੇ ਤੁਸੀਂ ਗਰੀਬ ਬੰਦਾ ਤੇ ਰੋਟੀ ਨਹੀਂ ਅੱਜ ਕੱਲ੍ਹ ਦੇ ਜ਼ਮਾਨੇ ਖਾ ਸਕਦਾ ਉਹ ਰੋਟੀ ਕਿਤੇ ਬਾਈ ਇਕੱਲੀ ਰੋਟੀ ਲੱਭਣ ਦੀ ਅੱਗੇ ਤੇ ਕੋਈ ਆ ਚੱਜ ਦਾ ਸਾਲਣ ਸੂਲਣ ਬੰਦਾ ਕੋਈ ਸ਼ਾ ਖਾ ਪੀ ਲੈਂਦਾ ਕਦੀ ਕੁਛ ਤੇ ਲੈ ਰਿਹਾ ਕਦੀ ਇਹ ਉਹ ਹੁਣ ਤੇ ਉਹ ਵੀ ਬੜਾ ਮੁਸ਼ਕਲ ਹੈ ਬਿਲਕੁਲ ਬਿਲਕੁਲ 6 ਮਹੀਨੇ ਹੋ ਗਏ ਕੁਛ ਤਾਂ ਮੂੰਹ ਹੀ ਨਹੀਂ ਵੇਖਿਆ ਆ ਮਜ਼ਾਕ ਨਹੀਂ ਯਾਰ ਅਸੀਂ ਚੌਧਰੀ ਬੰਦੇ ਅਸੀਂ ਤੇ ਆਪ ਨਹੀਂ ਵੇਖਿਆ ਆਪ ਹੀ ਨਹੀਂ ਵੇਖਿਆ ਇਹਦੇ ਗਰੀਬ ਕੀ ਚੌਧਰੀ ਬੰਦੇ ਮਰਾਂਦੇ ਆ ਗਰੀਬ ਕੀ ਅੱਲਾ ਦੇ ਬੰਦੇ ਆਗੋ ਐਵੇਂ ਫੜ ਥੜ ਕੇ ਉਹਨੂੰ ਠਾਗੋ ਉਹਨੂੰ ਠਾਗੋ ਉਹਨੂੰ ਠਾਗੋ ਉਹਨੂੰ ਠਾਗ ਕੇ ਖਾਈਦਾ ਕਿਤੇ ਦਿਹਾੜੀ ਲੱਗ ਗਈ ਤੇ ਫਿਰ ਉਹ ਉਹਨੂੰ ਦੇਤੇ ਤੇ ਫਿਰ ਕੋ ਨਵਾਂ ਸਵੇ ਸਹੀ ਹੈ ਸਹੀ ਸਹੀ ਹੈ ਇਸ ਤਰ੍ਹਾਂ ਹਿਸਾਬ ਲੱਗਣ ਦੇ ਆ ਤੇ ਗਾਂ ਤੂੰ ਜਦੋਂ ਵੋਟਿੰਗ ਸ਼ੁਰੂ ਹੋਣੀ ਹੈ ਵੋਟ ਕਿਹਨੂੰ ਦੋਗੇ ਤੁਸੀਂ ਇਮਰਾਨ ਖਾਨ ਨੂੰ ਦੇਣਾ ਚਾਹੋਗੇ ਨਹੀਂ ਜਿਹੜਾ ਆਵਾਮ ਨੂੰ ਸੁੱਖ ਦੇਗਾ ਉਹਨੂੰ ਦੇਾਂਗੇ ਕਿ ਮੀਆਂ ਨਵਾਜ਼ ਸ਼ਰੀਫ ਜ਼ਿੰਦਾਬਾਦ ਮੀਆਂ ਸ਼ਬਾਜ਼ ਸ਼ਰੀਫ ਜ਼ਿੰਦਾਬਾਦ ਦੇਣਾ ਮਾ ਤੁਸੀਂ ਉਹ ਕਰੋ ਭਾਣਾ ਕੋ ਹਿਸਾਬ ਹੈ ਚਲੋ ਠੀਕ ਹੈ ਜ਼ਾਲ ਹੈਗੀ ਹੈ ਜੇ ਹਾਂ ਹਾਂ ਠੀਕ ਕਰ ਦਿੰਨੇ ਹੈਗਾ ਰਿਸ਼ਤਾ ਸਾਡੇ ਕੋ ਵਾਹ ਵਾਹ ਹਾਂ ਬਾਬਾ ਉਹ ਹਾਂ ਉਹ ਕੁਮਾ ਦਾ ਕੁਮਾ ਦੇਗੀ ਪੰਜ ਪੰਜ ਵਿਆਹ ਕਹਿੰਦੇ ਜਾਇਜ਼ ਹੈ ਚਲੋ ਆਵੇ ਕਰਾ ਲਓਗੇ ਵਿਆਹ ਇੰਦਾ ਤਰੀ ਜਾਤੇ ਆ ਬਾਕੀ ਨੇ ਦੂ ਖੁਦ ਸਾ ਵਿਆਹ ਕਰਨ ਪਹਿਲੇ ਸਾਰਾ ਵਿਆਹ ਸੀ ਆ ਗਿਆ ਭਾਵੇਂ ਰਾਮ ਕਿਆ ਕਰੋਨਾ ਆਈ ਕਰੋਨਾ ਆਈ ਸਾਰਾ ਨਵਾਂ ਤਿਆਰ ਸੀ ਕਿ ਅੱਲਾ ਭਾਵੇਂ ਚਲੋ ਬਸ ਇਦਾਂ ਸੀ ਨਾ ਤੇ ਤੇ ਕਰੋਨਾ ਆਈ ਇਹਦੇ ਬਾਰੇ ਚ ਕੀ ਕਹੋਗੇ ਲਾਕਡਾਊਨ ਹੋਇਆ ਕਹਿੰਦਾ ਉਹਨੂੰ ਕੋ ਖੁਜੂ ਆਪਣਾ ਦੋਸਤਾਂ ਦਾ ਨਵਾਂ ਬਰਾ ਗਿਆ ਮੈਂ ਜੋ ਰੁਕੇ ਦਾ ਬੈਠਾ ਰੁਕ ਕਰਾ ਲੱਗਦੇ ਤੇ ਬਾ ਮਜ਼ਾਕ ਨਹੀਂ ਵਿਆਹ ਕਰਾਉਣਾ ਤੇ 100 ਨੈਟ ਦੇ ਵਾਲੀ ਛੁੱਟੀ ਹੈ ਵੀਡੀਓ ਭਰ ਕੇ ਉਹ ਬਾਬੇ ਨੇ ਰਿਸ਼ਤਾ ਕਰੋ ਮੇਰੀ ਹੋ ਵੀ ਹੋਣਾ ਕਿ ਚਾਹੀਦਾ ਉਹ ਬਾਬਾ ਤੇ ਬਿਲਕੁਲ ਡਾਊਨ ਹੈ ਡਾਊਨ ਦੇ ਵਾਲਾ ਖੂ ਬਗ ਦੇ ਯਾਰ ਰਿਸ਼ਤਾ ਕਰ ਜਾਓ ਉਹ ਤੇ ਉੱਠਣ ਦੋ ਵਾ ਯਾਰ ਉਹ ਆ ਯਾਰ ਉਹ ਮੇਰੇ ਫੋਨ ਕਰੇ ਅੱਛਾ ਉਹ ਨਹੀਂ ਕਰ ਸਕਦਾ ਉਹ ਕਿਸੇ ਮਾਂ ਨਾਲ ਸੰਗ ਸਾਥ ਨਹੀਂ ਕਰਨੀ ਜੀ ਨਹੀਂ ਕਰਨੀ ਨਹੀਂ ਸ਼ਾਦੀ ਕਰੀ ਕਰਦੇ ਨਹੀਂ ਮਜ਼ਾਕ ਨਹੀਂ ਨੈਟ ਦੇ